ਫਿਲੌਰ ਵਿਖੇ ਚਿੱਟੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ ਦੋਨਾਂ ਧਿਰਾਂ ਦੇ ਨੌਜਵਾਨ ਹੋਏ ਗੰਭੀਰ ਰੂਪ ਜ਼ਖਮੀ। ਯਤਨ ਦੱਸੀਏ ਕਿ ਫਿਲੌਰ ਕਿਲਾ ਰੋਡ ਦੇ ਉੱਤੇ ਕਿਲੇ ਦੇ ਸਾਹਮਣੇ ਪੁਲਿਸ ਚੌਂਕੀ ਦੇ ਕੋਲ ਦੋ ਧਿਰਾਂ ਚਿੱਟੇ ਦੇ ਨਸ਼ੇ ਨੂੰ ਲੈ ਕੇ ਆਹਮਣੋ ਸਾਹਮਣੇ ਹੋ ਗਿਆ ਅਤੇ ਗੰਭੀਰ ਰੂਪ ਜ਼ਖਮੀ ਹੋ ਗਿਆ। ਇੱਕ ਨਸ਼ੇ ਦੇ ਆਦੀ ਨੌਜਵਾਨ ਸੰਜੂ ਨੇ ਆਰੋਪ ਲਗਾਉਂਦੇ ਹੋਏ ਦੂਸਰੀ ਧਿਰ 'ਤੇ ਦੋਸ਼ ਲਗਾਇਆ ਕਿ ਮੈਂ ਰੋਹਿਤ ਕੁਮਾਰ ਤੋਂ ਚਿੱਟਾ ਖਰੀਦਣ ਗਿਆ ਸੀ ਕਿਉਂਕਿ ਮੈਂ ਚਿੱਟੇ ਦਾ ਆਦੀ ਹਾਂ, ਮੈਂ ਚਿੱਟੇ ਤੋਂ ਬਗੈਰ ਰਹਿ ਨਹੀਂ ਸਕਦਾ। ਉਹਨੇ ਕਿਹਾ ਕਿ ਜਦੋਂ ਮੈਂ ਰੋਹਿਤ ਕੋਲੋਂ ਚਿੱਟਾ ਖਰੀਦਣ ਲਈ ਉਸਨੂੰ 3500 ਰੁਪਏ ਦਿੱਤੇ ਤਾਂ ਉਹਨੇ ਮੈਨੂੰ ਚਿੱਟੇ ਦੀ ਥਾਂ ਕੋਈ ਹੋਰ ਚੀਜ਼ ਦਿੱਤੀ ਅਤੇ ਮੇਰੇ ਕੋਲੋਂ ਮੇਰਾ ਮੋਬਾਈਲ ਵੀ ਖੋਹ ਲਿਆ ਅਤੇ ਮੇਰੇ ਪੈਸੇ ਵੀ ਖੋਹ ਲਏ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਅਤੇ ਉੱਥੇ ਜਦੋਂ ਇਸ ਹਮਲੇ ਦਾ ਪਤਾ ਸੰਜੂ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਅਤੇ ਉੱਥੋਂ ਉਸ ਪਰਿਵਾਰ ਦੀਆਂ ਔਰਤਾਂ ਵੀ ਇਕੱਠੀਆਂ ਹੋ ਕੇ ਲੜਾਈ ਵਾਲੀ ਜਗ੍ਹਾ 'ਤੇ ਚਲ ਗਈਆਂ। ਤਾਂ ਫਿਰ ਕੀ ਸੀ, ਫਿਰ ਤਿੰਨੇ ਨੌਜਵਾਨ ਕਾਬੂ ਵਿੱਚ ਆ ਗਏ ਤਾਂ ਇਹਨਾਂ ਨੂੰ ਘੜੀਸਦੇ ਹੋਏ ਉਹ ਥਾਣੇ ਵਿਖੇ ਲੈ ਆਏ ਅਤੇ ਰਾਸਤੇ ਵਿੱਚ ਜਦੋਂ ਬਾਜ਼ਾਰ ਵਿੱਚੋਂ ਗੁਜ਼ਰ ਰਹੇ ਸਨ ਤਾਂ ਇਹਨਾਂ ਦੋਨਾਂ ਪਰਿਵਾਰਾਂ ਦੀਆਂ ਔਰਤਾਂ ਆਪਸ ਵਿੱਚ ਭਿੜ ਗਈਆਂ ਅਤੇ ਕਾਫੀ ਗਹਿਮੋ ਗਹਿਮ ਹੀ ਹੋਈ, ਜਿਸ ਵਿੱਚ ਥਾਣਾ ਫਲੌਰ ਦੀ ਪੁਲਿਸ ਨੂੰ ਵੀ ਸ਼ਮੂਲੀਅਤ ਕਰਨੀ ਪਈ। ਤੁਸੀਂ ਦੇਖ ਰਹੇ ਹੋ ਜੋ ਸਕਰੀਨ ਉੱਤੇ ਜੋ ਸੀਨ ਚੱਲ ਰਿਹਾ ਹੈ, ਇਹ ਫਲੌਰ ਦੇ ਮੇਨ ਬਾਜ਼ਾਰ ਦਾ ਹੈ ਜਿੱਥੇ ਦੋਨਾਂ ਪਰਿਵਾਰਾਂ ਦੀਆਂ ਔਰਤਾਂ ਆਪਸ ਵਿੱਚ ਭਿੜ ਗਈਆਂ ਅਤੇ ਕਾਫੀ ਚੀਕ ਚਾੜਾ ਪਿਆ, ਜਿਸ ਵਿੱਚ ਫਲੌਰ ਥਾਣਾ ਦੀ ਪੁਲਿਸ ਨੇ ਸ਼ਮੂਲੀਅਤ ਕਰਕੇ ਇਹਨਾਂ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਇਹਨਾਂ ਔਰਤਾਂ ਨੂੰ ਵੱਖ ਕੀਤਾ ਅਤੇ ਮੌਕੇ 'ਤੇ ਥਾਣਾ ਫਲੌਰ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਤੁਸੀਂ ਦੇਖ ਰਹੇ ਹੋ ਕਾਫੀ ਜੋ ਹੰਗਾਮਾ ਗਹਿਮੋ ਗਹਿਮ ਹੀ ਹੋਈ ਹੈ, ਕਾਫੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਮੁਲਾਜ਼ਮ ਇਸ ਦੋਨਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਵੱਖ ਕਰਨ ਵਿੱਚ ਸਫਲ ਹੋਏ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਨਸ਼ੇ ਦਾ ਕਾਰੋਬਾਰ ਫਲੌਰ ਸ਼ਹਿਰ ਵਿੱਚ ਕਦੋਂ ਤੱਕ ਚੱਲਦਾ ਹੈ, ਕਿਉਂਕਿ SHO ਸਾਹਿਬ ਨੇ ਨਸ਼ੇ ਦੇ ਕਾਰੋਬਾਰੀਆਂ 'ਤੇ ਕਾਫੀ ਨਕੇਲ ਕੱਸੀ ਹੋਈ ਹੈ। ਅਤੇ ਉੱਧਰ ਜਦੋਂ ਰੋਹਿਤ ਕੁਮਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਸੰਜੂ ਨਾਮ ਦਾ ਨੌਜਵਾਨ ਮੇਰੇ ਕੋਲੋਂ ਨਸ਼ਾ ਮੰਗ ਰਿਹਾ ਸੀ, ਉਹ ਵੀ 5 ਗ੍ਰਾਮੀਆਂ, ਲੇਕਿਨ ਮੈਂ ਪਹਿਲਾਂ ਨਸ਼ੇ ਦਾ ਕਾਰੋਬਾਰ ਕਰਦਾ ਸੀ, ਹੁਣ ਮੈਂ ਨਹੀਂ ਕਰਦਾ, ਇਸ ਕਰਕੇ ਇਹਨਾਂ ਨੇ ਮੇਰੀ ਕੁੱਟਮਾਰ ਕੀਤੀ ਹੈ, ਮੇਰੇ ਪੈਸੇ ਖੋਹ ਲਏ ਹਨ, ਮੇਰਾ ਮੋਬਾਈਲ ਖੋਲਿਆ ਅਤੇ ਮੇਰੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਵੀ ਲਾ ਲਈਆਂ ਹਨ। ਇਸ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ। ਉੱਧਰ ਜਦੋਂ ਇਸ ਬਾਰੇ SHO ਫਲੌਰ ਸੁਰਿੰਦਰ ਕੁਮਾਰ ਜੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਮੇਰੇ ਨੋਟਿਸ ਵਿੱਚ ਹੈ ਅਤੇ ਮੈਂ ਇਸ ਦੀ ਕਾਫੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹਾਂ ਕਿਉਂਕਿ ਦੋਨੇ ਧਿਰਾਂ ਨਸ਼ਾ ਵੇਚਣ ਦਾ ਆਦੀ ਹਨ ਅਤੇ ਨਸ਼ਾ ਪੀਂਦੇ ਵੀ ਹਨ, ਇਹ ਨਸ਼ਾ ਵੇਚਦੀ ਵੀ ਹਨ। ਉਹਨਾਂ ਨੇ ਕਿਹਾ ਕਿ ਜੋ ਵੀ ਇਸ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮੈਂ ਨਸ਼ੇ ਦੇ ਕਾਫੀ ਖਿਲਾਫ ਹਾਂ, ਮੈਂ ਆਪਣੇ ਸ਼ਹਿਰ ਵਿੱਚ ਇੱਦਾਂ ਦੀ ਕੋਈ ਵੀ ਵਾਰਦਾਤ ਨਹੀਂ ਹੋਣ ਦੇਵਾਂਗਾ ਜਿਸ ਨਾਲ ਮੇਰਾ ਸ਼ਹਿਰ ਬਦਨਾਮ ਹੋਵੇ ਅਤੇ ਮੇਰੇ ਸ਼ਹਿਰ ਵਿੱਚ ਚਿੱਟਾ ਵਿਕਦਾ ਹੋਵੇ। ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਧਿਰਾਂ ਦੇ ਉੱਤੇ ਮੈਂ ਕਾਰਵਾਈ ਕਰਾਂਗਾ ਅਤੇ ਪੁੱਛਗਿੱਛ ਵਿੱਚ ਹੋਰ ਵੀ ਜੋ ਇਸ ਕੰਮ ਵਿੱਚ ਇਨਵੋਲਵ ਹੋਇਆ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਥਾਣਾ ਫਲੌਰ ਦੇ ਮੁਲਾਜ਼ਮ ਇਸ 'ਤੇ ਕਿੰਨਾ ਕੁ ਸੰਜੀਦਗੀ ਨਾਲ ਕੰਮ ਕਰਦੇ ਹਨ। AP ਨਿਊਜ਼ ਪੰਜਾਬੀ ਲਈ ਫਲੌਰ ਤੋਂ ਸੁਰਿੰਦਰ ਸਿੰਘ ਨਾਮ ਪ੍ਰਾਪਤ ਦੀ ਵਿਸ਼ੇਸ਼ ਰਿਪੋਰਟ। ਬਾਈ ਕੀ ਨਾਮ ਤੇਰਾ? ਰੋਹਿਤ। ਬਾਈ ਨਾਮ ਕੀ ਆ? ਰੋਹਿਤ। ਇਹ ਕੀ ਮਾਮਲਾ ਸੀ ਤੇਰਾ? ਇਹ ਲੜਾਈ ਹੋਈ ਹੈ ਜੀ, ਇਹਨਾਂ ਨੇ ਆ ਕੇ ਹੱਥ ਚੱਕਿਆ ਸਾਡੇ। ਪੁੱਛੋ ਕੀ ਲੈਣ ਗਿਆ ਸੀ, ਕੀ ਕਰਨ ਗਏ ਸੀ? 5 ਗ੍ਰਾਮ ਮੰਗ ਰਹੇ ਸੀ, ਮੈਂ ਕੰਮ ਨਹੀਂ ਕਰਦਾ। ਅੱਛਾ, ਚਿੱਟੇ ਕੰਮ ਨਹੀਂ ਕਰਦੇ ਇਹਨਾਂ ਨੇ? ਚਿੱਟੇ ਦਾ ਕੰਮ ਕਰਦੇ? ਮੇਰੇ ਵਾਲੀਆਂ ਵੀ ਖੋਤੀਆਂ ਇਹਨਾਂ ਨੇ। ਨਹੀਂ, ਤੁਸੀਂ ਚਿੱਟੇ ਦਾ ਕੰਮ ਕਰਦੇ ਆ? ਨਹੀਂ ਕਰਦੇ। ਹਾਂ, ਨੀਤੀ ਦਾ ਜਵਾਈ ਆ ਜੀ। ਰਹਿਣ ਵਾਲਾ ਕਿੱਥੇ ਆ? ਰਹਿਣ ਵਾਲਾ ਕਿੱਥੇ ਆ? ਇੱਥੇ ਤੇ ਉਹਦਾ ਇੱਥੋਂ ਜਿੰਦਾ ਲੈ ਕੇ ਉੱਧਰ ਗਿਆ ਹੋਇਆ ਜੀ ਇਹ। ਓਕੇ, ਪੰਜ ਕੀ ਨਾਮ ਆ ਤੁਹਾਡਾ? ਪੂਜਾ ਸਰ ਜੀ। ਇਹ ਜਿਹੜੀ ਲੜਾਈ ਹੋਈ ਹੈ ਵਿੱਚ ਤੁਹਾਡਾ ਮੁੰਡਾ ਵੀ ਹੈਗਾ? ਕੀ ਨਾਮ ਹੁੰਦਾ ਤੁਹਾਡਾ? ਮੇਰੇ ਮੁੰਡੇ ਦਾ ਨਾਮ ਹਿਮਾਂਸ਼ੂ। ਹਿਮਾਂਸ਼ੂ ਆ? ਹਾਂਜੀ। ਇਹ 3 ਜਣੇ ਫੜੇ ਗਏ ਹੈਗੇ ਆ ਲੜਾਈ ਕਰਦੇ, ਕੀ ਸਰ ਮਤਲਬ ਹੈਗਾ ਇਹ? ਸਰ ਜੀ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਬਸ ਮੈਂ ਤਾਂ ਘਰੋਂ ਬਾਹਰ ਨਿਕਲ ਸੀ, ਮੈਂ ਆਪਣੇ ਛੋਟੇ ਬੱਚੇ ਦੇ ਪ੍ਰੂਫ ਬਣਾਉਣ ਜਾਣੇ ਸੀ। ਅੱਛਾ ਜੀ। ਤਾਂ ਮੈਨੂੰ ਪਤਾ ਲੱਗਾ ਵੀ ਲੜਾਈ ਹੋਈ ਹੈਗੀ ਆ, ਮੈਂ ਫਟਾਫਟ ਦੌੜੀ। ਓਕੇ। ਬੱਚਾ ਮਾੜਾ ਹੋਵੇ ਚੰਗਾ ਹੋਵੇ ਫਿਰ ਵੀ ਮਾਂ ਹੈਗੀ ਆ, ਦੌੜਨਾ ਤਾਂ ਪੈਂਦਾ ਹੀ ਆ। ਜੀ ਜੀ ਜੀ। ਮੈਨੂੰ ਅਸਲੀ ਗੱਲ ਦਾ ਪਤਾ ਨਹੀਂ। ਅੱਛਾ, ਤੁਹਾਨੂੰ ਅਸਲੀ ਗੱਲ ਪਤਾ ਨਹੀਂ? ਹਾਂਜੀ। ਅਸਲ 'ਚ ਜਦੋਂ ਉੱਥੇ ਮੌਕੇ 'ਤੇ ਫੜਿਆ, ਉਹਨੇ ਇੱਕ ਮੁੰਡੇ ਨੂੰ ਇੰਜਰਡ ਕੀਤਾ, ਨੱਕ 'ਤੇ ਸੱਟ ਮਾਰੀ ਆ ਉਹਨੇ, ਠੀਕ ਆ ਨਾ? ਉਹਨਾਂ ਦਾ ਇਲਜ਼ਾਮ ਸੀ ਵੀ ਇਹ ਚਿੱਟਾ ਵੇਚਦੇ ਆ। ਹੁਣ ਉਹ 'ਚ ਸੱਚਾਈ ਕੀ ਆ? ਤੁਸੀਂ ਉਹਨਾਂ ਦੇ ਲੜਕੇ ਦੀ ਮਾਂ ਹੋ, ਤੁਹਾਡਾ ਬੱਚਾ ਜਿਹੜਾ ਚਿੱਟਾ ਪੀਂਦਾ ਜਾਂ ਵੇਚਦਾ ਕੁਛ ਹੈ ਇਦਾਂ ਦਾ? ਸਰ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਮੈਂ ਸਵੇਰ ਦਿਨ 4 ਵਜੇ ਨਿਕਲੀ ਹੁੰਦੀ ਹਾਂ। ਓਕੇ। ਆ ਕੇ ਫਿਰ 12-1 ਵਜੇ ਵੜਦੀ ਹਾਂ, ਫਿਰ 2 ਵਜੇ ਚਲੀ ਜਾਂਦੀ ਹਾਂ, ਫਿਰ ਸ਼ਾਮ ਨੂੰ 5-4 ਵਜੇ ਆਉਂਦੀ ਹੈਗੀ ਹਾਂ। ਅੱਛਾ ਜੀ। ਬਸ ਮੈਨੂੰ ਮੇਰਾ ਬੱਚਾ ਸਹੀ ਨਜ਼ਰ ਆਉਂਦਾ ਹੈਗਾ। ਅੱਛਾ ਜੀ। ਜੇ ਮੈਂ ਦੇਖਾਂ ਵੀ ਨਸ਼ਾ ਕੇ ਪਤਾ ਕਰਦਾ, ਉਹ ਮੇਰੇ ਤੋਂ ਡਰਦਾ ਹੈਗਾ, ਮੇਰੇ ਅੱਗੇ ਤਾਂ ਕਦੀ ਨਸ਼ਾ ਪਤਾ ਕੀਤਾ ਨਹੀਂ। ਲੇਕਿਨ ਜਿਹੜੇ ਬੰਦੇ ਨਾਲ ਉਹਦੀ ਜਾਰੀ ਹੈਗੀ, ਜਿਹੜੇ ਫੜੇ ਗਏ 3 ਬੰਦੇ, ਉਹ ਤਾਂ ਹੈ ਹੀ ਕਹਿੰਦੇ ਚਿੱਟਾ ਵੇਚਦੇ ਉਹਦਾ? ਹਾਂਜੀ, ਹੋਣੇ ਸ਼ਾਇਦ ਸਰ ਜੀ, ਕਿਉਂਕਿ 2 ਮੁੰਡੇ ਆਏ ਵੀ ਸੀ ਹੁਣ ਮੇਰੇ ਹੁੰਦੇ ਨੂੰ। ਓਕੇ। ਪਰ ਮੈਨੂੰ ਮਿਲੇ ਨਹੀਂ ਹੈਗੇ, ਬਾਰ ਬਾਰ ਪੁੱਛ ਕੇ ਚਲੇ ਗਏ। ਅੱਛਾ, ਬਾਰ ਬਾਰ ਪੁੱਛ ਕੇ ਚਲੇ ਗਏ। ਉਹੀ ਮੁੰਡੇ ਫੜੇ ਗਏ ਨਾ ਨਾਲ? ਹੁਣ ਪਤਾ
ਪਤਾ ਨਹੀਂ ਸਰ ਜੀ, ਇੰਨੀ ਮੈਨੂੰ ਕੋਈ ਜਾਣਕਾਰੀ। ਹੁਣ ਤੁਹਾਡੀ ਕੁੱਟਮਾਰ ਕਿੱਦਾਂ ਕੀ ਹੋਇਆ? ਮੈਂ ਸਰ ਜੀ ਆ ਰਹੀ ਸੀ, ਇਹਨਾਂ ਨੇ ਜਨਾਨੀਆਂ ਨੇ ਬੰਦਿਆਂ ਨੇ ਮੈਨੂੰ ਘੇਰ ਲਿੱਤਾ, ਘੇਰ ਕੇ ਉੱਥੇ ਆ ਚੇ ਕੁੱਟਣ ਲੱਗੇ। ਓਕੇ, ਮੇਰੇ ਅੱਗੇ ਪਿੱਛੇ ਕੋਈ ਨਹੀਂ, ਮੈਂ ਰੰਡੀ ਜਨਾਨੀ ਆ। ਠੀਕ ਹੈ ਜੀ, ਓਕੇ। ਮੇਰੇ ਕੋ ਬੱਚਾ ਹੋਰ ਹੈ। ਕਿੱਥੇ ਰਹਿੰਦੇ? ਕਿੱਥੇ ਤੁਸੀਂ? ਪੰਡੇਰਾ ਮੱਲਾ। ਓਕੇ ਠੀਕ ਹੈ ਜੀ, ਫਲੋਰ। ਓਕੇ, ਹੈਲੋ, ਕੀ ਨਾਂ ਤੁਹਾਡਾ? ਮੇਰਾ ਨਾਂ ਕੰਬੋ। ਕੀ ਹੋਇਆ, ਕੀ ਆ? ਮੇਰਾ ਪੁੱਤ ਚਿੱਟਾ ਬਹੁਤ ਪੀਂਦਾ, ਮੇਰੀ ਨੂੰ ਰਾਤ ਦੇ ਉਹਦੇ ਪੇਕੇ ਲੈ ਕੇ ਗਏ ਹੋਏ ਆ, ਉਹ ਗੁੱਸੇ ਹੋ ਕੇ ਬਿਮਾਰ ਹੋ ਗਈ ਉਹਦੀ ਟੈਨਸ਼ਨ ਨਾਲ, ਉਹ ਘਰੋਂ ਨਿਕਲ ਗਈ, ਇੱਕ ਗੁੱਡੀ ਮੇਰੇ ਕੋਲ ਚੱਡ ਗਈ, ਉਹ ਹੁਣ ਉੱਥੇ ਚੱਲਿਆ ਸੀ, ਮੈਂ ਚਿੱਟਾ ਪੀ ਕੇ ਜਾਂਦਾ, ਪੁੱਤ ਤੈਨੂੰ ਮਾਰੂਗਾ, ਤੇ ਵੈਸੇ ਉਹਨੇ ਨਾ ਜਾਈ, ਬਹੁਤ ਦੁਖੀ ਉਹਦੀ ਕੁੜੀ। ਨਹੀਂ ਤੁਹਾਨੂੰ ਪਤਾ ਵੀ ਉਹ ਚਿੱਟਾ ਪੀਂਦਾ? ਹੋ ਬਹੁਤ ਪੀਤਾ ਚਿੱਟਾ। ਮੇਰਾ ਇਲਾਜ ਕਿਉਂ ਨਹੀਂ ਕਰਾਉਂਦਾ ਤੁਸੀਂ? ਇਲਾਜ ਮੈਂ ਸੀਐਮਸੀ ਸੀ ਦਾਖਲ ਕੀਤਾ ਰਿਹਾ। ਨਹੀਂ ਹੁਣ ਲੜਾਈ ਦਾ ਕਾਰਨ ਕੀ ਹੋਇਆ, ਕੀ ਝਗੜਾ ਹੋਇਆ? ਤਿੰਨ ਮੁੰਡੇ ਅੱਜ ਨੀ ਜਿਹੜੇ ਕੀਤਾ ਤੁਹਾਡਾ ਮੁੰਡਾ, ਉਹਨਾਂ ਦਾ ਕੀ ਨਾਂ ਦੇ ਤੁਸੀਂ ਜਾਣਦੇ ਨੇ ਉਹਨੂੰ? ਇੱਕ ਨਿੱਕਾ ਬੱਚਾ, ਉਹ ਦੱਸਣ ਆਇਆ ਸਾਨੂੰ। ਜਿਨ੍ਹਾਂ ਨੇ ਕੁੱਟਿਆ ਉਹ, ਉਹਨਾਂ ਦਾ ਨਾਂ ਪਤਾ ਕੀ ਹੈ? ਮੇਰੀ ਨੂੰਹ ਕਰਦੀ ਵਕੀਲ ਦੇ ਘਰੇ ਕੰਮ, ਵਕੀਲ ਉਹਦੇ ਘਰੇ ਕੰਮ ਕਰਦੀ ਮੇਰੀ ਨੂੰਹ ਦਾ, ਆ ਬੱਚੀ ਮੇਰੇ ਕੋਲ ਛੱਡ ਕੇ ਬਾਕੀ ਹਰ ਦਿਨ ਮੈਨੂੰ ਦੁਖੀ ਕਰਦਾ, ਮੇਰਾ ਡਬਲਯੂ ਬੀ ਟੁੱਟ ਪਿਆ, ਮੇਰਾ ਸਮਾਨ ਤੁੱਟ ਪਿਆ, ਜਾ ਕੇ ਦੇਖੋ ਸਰ ਤੁਹਾਨੂੰ ਫੋਟੋ ਦਿਖਾ ਕੇ। ਤੁਹਾਡੇ ਮੁੰਡੇ ਸੱਟ ਕਿੱਥੇ ਲੱਗੀ ਆ? ਹਾਂ ਨੱਕ ਸਾਰਾ ਵੜਤਾ ਇਹਨਾਂ ਨੇ। ਕਿੱਥੇ ਹੁਣ ਉਹ? ਹੁਣ ਕਿੱਥੇ ਆ ਉਹ? ਪਤਾ ਨਹੀਂ, ਉਹ ਪਿੰਦਾ ਚਿੱਟਾ ਭੱਜ ਗਿਆ, ਇਹਨਾਂ ਦਾ ਡਰਦਾ ਉਹ ਵੀ। ਵੀਰੇ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਸੰਜੂ। ਸੰਜੂ ਆ, ਜਿਹੜਾ ਤੁਹਾਡੀ ਲੜਾਈ ਹੋਈ ਆ ਕਿਲੇ ਦੇ ਸਾਹਮਣੇ ਲੈਣਾ ਦੇ ਕੋਲ, ਹਨਾ? ਹਾਂਜੀ ਸਰ। ਕਾਫੀ ਖਿੱਚ ਹੋਈ ਹੈ, ਤਿੰਨ ਨੌਜਵਾਨ ਸੀ ਜਿਹਨਾਂ ਦੀ ਖਿੱਚ ਲਿਆਉਂਦੇ ਸੀ, ਤੁਹਾਡੇ ਸੱਟ ਲੱਗੀ ਹੋਈ ਸੀ, ਇਹ ਸਾਰਾ ਮਾਮਲਾ ਹੈ ਕਿ ਸੀ? ਲੜਾਈ ਤੁਹਾਡੀ ਹੋਈ ਕਿਉਂ? ਸਰ ਮੈਂ ਇਹਨਾਂ ਤੋਂ ਇੱਕ ਵਾਰ ਨਾ ਪਹਿਲਾਂ ਵੀ ਚਿੱਟਾ ਲੈ ਚੁੱਕਾ ਸੀ 3000 ਰੁਪਏ ਦਾ, ਤੇ ਇਹਨਾਂ ਨੇ ਮੈਨੂੰ ਮਿੱਟੀ ਦੇ ਦਿੱਤੀ ਉਸ ਟਾਈਮ। ਓਕੇ, ਤੇ ਉਸ ਤੋਂ ਬਾਅਦ ਮੇਰੇ ਇਹ ਹੱਥ ਨਹੀਂ ਲੱਗੇ। ਨਹੀਂ, ਚਿੱਟਾ ਤੁਸੀਂ ਵੇਚਣ ਨੂੰ ਲਿਆਉਣਾ ਹੈ ਜਾਂ ਕੀ ਕਰਦੇ ਆ? ਮੈਂ ਪੀਨਾ ਜੀ, ਇਹਨਾਂ ਨੂੰ ਖੁਦ ਪਤਾ ਵਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਮੈਂ ਪੀਨਾ ਜੀ। ਅੱਛਾ, ਚਿੱਟਾ ਤੁਸੀਂ ਪੀਨੇ? ਹਾਂ ਮੈਂ ਪੀਨਾ ਜੀ। ਅੱਛਾ, ਤੇ ਇਹ ਅੱਜ ਮੈਂ ਫੇਰ ਲੈਣ ਗਿਆ ਸੀ ਇਹਨਾਂ ਤੋਂ, ਤੇ ਮੈਨੂੰ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਮੇਰੇ ਕੋਲ ਨਾ ਕੋਈ ਦੁਸ਼ਮਣੀ ਸੀ ਜਾਂ ਕੋਈ ਪੁਰਾਣੀ ਇਹਨਾਂ ਦੀ ਰਾਜਮ ਕੱਢਣੀ ਸੀ ਇਹਨਾਂ ਨੇ, ਤੇ ਮੈਂ ਮੋਬਾਈਲ ਲਿਆਇਆ ਸੀ ਇਹਦੇ ਤੋਂ ਮੈਂ, ਤੇ ਹੁਣ ਉਹ ਮੈਨੂੰ ਕਹਿੰਦਾ ਵੀ ਮੈਂ 3000 ਰੁਪਿਆ ਇਹਨਾਂ ਨੇ ਮੇਰੇ ਤੋਂ ਫੜ ਲਿਆ, ਕਹਿੰਦਾ ਵੀ ਤੈਨੂੰ ਦਿੰਦੇ ਆ ਵੀ ਉੱਤੇ ਆ ਜਾ। ਮੈਨੂੰ ਹੁਣ ਇੰਨਾ ਪਤਾ ਲੱਗ ਗਿਆ ਸੀ ਵੀ ਜੇਬ 'ਚ ਆ, ਮੈਂ ਜੇਬ 'ਚ ਹੱਥ ਪਾ ਲਿਆ, ਹੱਥ ਪਾਉਣ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਢਾਲਿਆ ਤਿੰਨਾਂ ਨੇ, ਚਾਰਾਂ ਨੇ। ਹਾਂ, ਇਹਨਾਂ ਨੇ ਢਾਲਿਆ। ਇਹ ਹੈਗੇ ਸੀ ਜੀ, ਇੱਕ ਤਾਂ ਮੁੰਡਾ ਇੱਥੋਂ ਦਾ ਹੀ ਆ ਆਪਣੇ ਕੇ ਸਲਾਂ ਦਾ, ਤੇ ਨੀਤੀ ਦੇ ਜਵਾਈ ਆ, ਜਿਹਨਾਂ ਦੇ ਚੱਕਰ ਦੇ ਵਿੱਚ ਇੱਕ ਪਹਿਲਾ ਮੁੰਡਾ ਮਰਿਆ ਵਾ ਇੱਥੇ ਟੀਕਾ ਲਾ ਕੇ, ਉਹਨਾਂ ਦਾ ਉਦੋਂ ਉਹਨਾਂ ਤੋਂ ਲੈ ਕੇ ਆਉਂਦੇ ਸੀ ਇਹ ਉਦੋਂ ਵੀ, ਤੇ ਇਹ ਭੱਜਿਆ ਹੋਇਆ ਸੀ ਆ, ਇਹਨੂੰ ਵੀ ਸਭ ਮੁਲਾਜ਼ਮ ਲੱਭਦੇ ਸੀ ਆ, ਤੇ ਇਹ ਜਿਹੜੇ ਆ ਦੋ ਜਣੇ ਆ ਨਾਲ ਸੀ ਇਹਦੇ, ਇਹ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਰਹਿੰਦਾ ਸੀ ਉੱਥੇ ਪਰਲੀ ਸਾਈਡ ਲੈਣਾ ਤੋਂ, ਇੱਧਰ ਤੋਂ ਲੁੱਕ ਕੇ, ਹਾਂ ਲੁੱਕ ਕੇ ਰਹਿੰਦਾ ਸੀ। ਅੱਛਾ ਜੀ। ਹਾਂਜੀ, ਤੇ ਤੁਸੀਂ ਚਿੱਟਾ ਲੈਣ ਗਿਆ ਉੱਥੇ ਲੜੇ ਆ? ਹਾਂਜੀ, ਚਿੱਟਾ ਲੈਣ ਗਏ ਜਾ ਕੇ। ਸੱਟ ਮਾਰੀ ਹੈ ਕਿ ਨਹੀਂ ਮਾਰੀ? ਇਹ ਨਹੀਂ, ਉਹਨੇ ਮਾਰੀ ਆ ਮਨਸ਼ੂ ਨੇ। ਕੀ ਮਾਰਿਆ ਤੁਹਾਡੇ? ਮੈਂ ਉਹਨੇ ਮੇਰੇ ਕੜਾ ਪਾਇਆ ਸੀ ਉਹਦੇ, ਬਹੁਤ ਮੋਟਾ ਉਹ ਹੈਗਾ, ਮੇਰੇ ਖਿਆਲ ਚਾਂਦੀ ਦਾ ਸੀ, ਪਤਾ ਨਹੀਂ ਸਟੀਲ ਦਾ ਸੀ। ਜਦੋਂ ਤੁਹਾਨੂੰ ਮੈਂ ਦੇਖਿਆ ਉੱਥੇ ਮੌਕੇ ਤੇ, ਮੈਂ ਵੀ ਪੁੱਛਿਆ ਸੀਗਾ। ਹਾਂਜੀ ਹਾਂਜੀ। ਤੇ ਇੰਜਰਡ ਤੁਸੀਂ ਦੋਨੇ ਤਰ੍ਹਾਂ ਸੀਗੀਆਂ ਵਿੱਚ, ਮੁੰਡੇ ਦੇ ਸਕੂਨ ਨਿਕਲਦਾ ਤੁਹਾਡੇ ਵੀ ਨਿਕਲਦਾ? ਹਾਂਜੀ ਹਾਂਜੀ। ਉਹਦੇ ਤਾਂ ਇਦਾਂ ਲੱਗਣਾ ਜਦੋਂ ਸਾਰੇ ਆ ਗਏ ਕਤੀੜਖਾਨਾ, ਕਿਸੇ ਨੇ ਬੱਟਾ ਮਾਰਿਆ, ਦੋੜਾ ਮਾਰਿਆ ਉਹਦੇ, ਉਹ ਤਾਂ ਲੱਗੇ ਉਹਦੇ, ਮਗਰ ਉਹਦੇ ਸੱਟ ਪੇਟ ਨਹੀਂ ਕੋਈ ਲੱਗੀ ਸੀ ਉਦੋਂ। ਚਿੱਟਾ ਕਿੰਨੇ ਦਿਨ ਤੋਂ? ਕਿੰਨੇ ਦਿਨ? ਮੈਨੂੰ ਹੋਈ ਗਏ ਸਰ ਵੀ 10 ਸਾਲ ਤੋਂ ਉੱਤੇ ਉੱਤੇ ਹੋ ਗਏ ਜੀ। 10 ਸਾਲ ਤੋਂ ਉੱਤੇ ਹੋ ਗਿਆ? ਹਾਂਜੀ। ਤੇ ਤੁਸੀਂ, ਤੁਹਾਡੇ ਇੰਨੀ ਸੱਟ ਲੱਗੀ ਆ, ਤੁਸੀਂ ਜਾ ਕੇ ਦਾਖਲ ਕਿਉਂ ਨਹੀਂ ਹੋਏ ਸਿਵਲ ਹਸਪਤਾਲ? ਸਰ ਮੈਨੂੰ ਇਹ ਅੱਡਾ ਦੇਵਾ ਬਸ, ਵੀ ਮੈਂ ਕਦੀ ਜ਼ਿੰਦਗੀ 'ਚ ਵੀ ਨਹੀਂ ਗਿਆ ਵੀ ਸਾਹਿਬ ਨਾਲ, ਚਲੋ ਰਫੜਵਾ ਜੀ ਆ ਵੀ ਸਾਹਿਬ ਮੈਨੂੰ ਕੁੱਟੇ ਮਾਰਦੇ ਨੇ, ਮੈਂ ਤਾਂ ਨਹੀਂ ਜਾਂਦਾ ਜੀ। ਜਾਂ ਤੁਹਾਡੇ ਸਰ ਕੋਈ ਪਰਚਾ ਹੀ ਹੈ ਨਹੀਂ, ਜਾਂ ਤੁਹਾਡੇ ਸਰ ਕੋਈ ਇਲਜ਼ਾਮ ਹੀ ਹੈ ਨਹੀਂ, ਤਾਂ ਤੁਸੀਂ, ਤੁਹਾਨੂੰ ਡਰ ਕੀ ਚੀਜ਼ ਦਾ? ਬਸ ਇਸ ਕਰਕੇ ਵੀ ਨਸ਼ਾ ਨਹੀਂ ਮੈਨੂੰ ਮਿਲਣਾ, ਮੈਂ ਰਹਿ ਨਹੀਂ ਸਕਦਾ ਇੱਕ ਮਿੰਟ ਵੀ। ਅੱਛਾ, ਨਸ਼ੇ ਤੋਂ ਬਗੈਰ ਤੁਸੀਂ ਰਹਿ ਨਹੀਂ ਸਕਦੇ? ਹਾਂ, ਇੱਕ ਸਕਿੰਟ ਨਹੀਂ ਰਹਿ ਸਕਦਾ। ਓਕੇ, ਤੇ ਅੱਜ ਵੀ ਪੀਤਾ ਤੁਸੀਂ? ਨਹੀਂ, ਆ ਪੀਤਾ ਸਵੇਰੇ ਪੀਤਾ ਸੀ ਜੀ। ਸਵੇਰੇ ਪੀਤਾ? ਕਿੰਨੇ ਦਾ? 1000 ਰੁਪਏ ਦਾ ਲੈ ਕੇ ਪੀਤਾ ਸੀ। ਉਹਦੇ ਕੋਲ ਲੈ ਕੇ? ਹਾਂ, ਉਹਦੇ ਤੋਂ ਪੀਤਾ ਪਹਿਲਾਂ। ਮੇਨ ਜਿਹੜਾ ਤੁਹਾਡੀ ਲੜਾਈ ਦਾ ਮੁੱਦਾ ਹੈਗਾ ਆ? ਹਾਂ, ਇਹ ਚਿੱਟੇ ਦਾ। ਅੱਛਾ, ਮੁੰਡਾ ਵੇਚਦਾ ਨਾ? ਹਾਂ, ਵੇਚਦਾ ਹੀ ਆ। ਤੇ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਸੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਵੀ ਇਹਨੂੰ ਲੱਭਦੇ ਸੀ ਆ ਵੀ ਜੋ ਇਹਦੀ ਸਜ਼ਾ ਉਹੀ ਇਹਨੂੰ ਦਿਓ, ਵੀ ਨਸ਼ਾ ਵੇਚਣਾ ਬੰਦ ਕਰੇ, ਵੀ ਸਾਡੇ ਅਲਗਾ ਛੱਡੇ। ਠੀਕ ਹੈ, ਤੁਸੀਂ ਛੱਡਣਾ ਚਾਹੁੰਦੇ ਨਸ਼ਾ? ਹਾਂਜੀ, ਹੁਣ ਮੈਂ ਛੱਡਣਾ ਚਾਹੁੰਦਾ। ਹੋਰ ਨਸ਼ਾ ਪੀਂਦੇ ਆ ਮੁੰਡੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਵੀ ਇੱਦਾਂ ਦਾ ਹਾਲ ਕਰਦੇ ਆ ਬਾਅਦ ਦੇ ਵਿੱਚ,
कोई फायदा नहीं है भी छड़ना ही चंगा वा। सर दोपहर वेले दो परिवार आपकी जो है पता लगता है कि वो दोनों परिवार नशा का कम नशे का कम करते हैं तो उन्हें बाजार में भी काफ़ी हड़दंग मचाया तो किला रोड से भी उन्हें काफ़ी मार्केटाई करके एक दूजे इंजर्ड किया है तो की सारा मामला सी तुहाडे तहत की है जी सानू ना तीन क बजे रिपोर्टिंग हुई सी कि एक उची काटी महला उत्थे दो परिवार आपस विच लेडीज भी हैगियां नाल लेडीज बच्चे सारे एक दूजे दे नाल गुटमार कर रहे ते सट्टा मार रहे तो साड़ी फोर्स जिहड़ी मौके ते पहुंची उस वेले तो उत्थों निकल गए सीगे रस्ते दे विच आउंदे समें थाने दे कोल आके फिर उन्होंने फिर हड़दंग जिहा मचाया जिथे साडे मुलाजमान ने फिर इंटरफेयर करके लेडीज कॉन्सटेबल्स ने इन्हां नूं अड अड कीता ते हुण दोनों पार्टियां जिहड़े इलाज ने हॉस्पिटल सिविल हॉस्पिटल फलोर दूसरा पार्टी है देश विदेश खबर देखने लई एपी न्यूज़ पंजाबी चैनल नूं सबसक्राइब करो लाइक करो शेयर करो और कमेंट करो जी देश विदेश खबर देखने लई एपी न्यूज़ पंजाबी चैनल नूं सबसक्राइब करो लाइक करो शेयर करो और कमेंट करो जी।